श्री गुरु ग्रंथ साहिब जी दे लापता होए 267 रूपां दा मामला शांत होण दा नाम नहीं लै रहा। श्री अकाल तख्त साहिब ते पहुंचे अकाल फैडरेशन दे जनरल सकत्तर नारायण सिंह चौड़ा वल्लों श्री अकाल तख्त साहिब दे जथेदार ज्ञानी हरप्रीत सिंह दे दफ्तर विखे एक शिकायत पत्र दिंदिया यह सवाल किया कि तख्त श्री दमदमा साहिब विखे श्री गुरु ग्रंथ साहिब जी की हजूरी विच 267 पावन सरूपां दे गायब होण संबंधी जो बयान उन्होंने अपने अहुदे दी किरदार कोसी लिए दिता है उस संबंधी वह अपना पक्ष स्पष्ट करन कि जथेदार साहब वालों यह बयान किसके कहने अते क्यों दिता गया है। उन्होंने कहा कि जथेदार श्री अकाल तख्त साहब का झूठा बयान 267 सरूपां की जांच को प्रभावित कर सकता है। वेखो असीं मिलण वास्ते नहीं आए, असीं एक स्पष्टीकरण खालसा पंथ की तरफों एक स्पष्टीकरण मंगया वा उहदे संबंध में जिहड़ा उन्होंने तख्त श्री दमदमा साहब विखे 3 हफ्ते पहला दमदमी टकसाल के स्थापना दिहाड़े के उत्ते सजे दीवान गुरु ग्रंथ साहब की हजूरी में ज्ञानी हरप्रीत सिंह ने सिरे का झूठ बोलिया सी कि जेडे सरूप आ मैं दसदा उन्होंने लफ्ज़ सन कि मैं दसदा जेडे 267 पावन सरूप ने वो गायब नहीं होए, रिकॉर्ड में हेराफेरी आ जिहदी जांच चल रही आ, फाइनल रिपोर्ट जदों आएगी तो उदों पता लगेगा कौन कौन दोषी ने। वो जिहड़ा सिरे दा झूठ बोलिया सी वह पड़तालिया कमेटी ने, जांच कमेटी ने उसनों झूठा साबित कर दिता वा। तो हुण ज्ञानी हरप्रीत सिंह दा अखलाकी फर्ज बनता वा कि वह सिख जगत के सामने स्पष्ट करे कि वह झूठ क्यों बोलिया। वो संबंध में अं सारे सवाल किए ने खुले खाते राही। ਛੋਟਾ ਸਾਹਿਬ 328 ਸਰੂਪਾਂ ਦੀ ਗੱਲ ਹੋ ਰਹੀ ਆ, 450 ਸਰੂਪਾਂ ਦੀ ਕੈਨੇਡਾ 'ਚ ਗੱਲ ਹੋ ਰਹੀ ਆ ਜਿਹੜੇ ਗਏ ਸੀ, ਅਤੇ ਇਸ ਟਾਈਮ ਬੜੀ ਘੋਰ ਬੇਅਦਬੀ ਆ ਕਿਉਂਕਿ ਗੁਰਜਵਾਲ ਸਿੰਘ ਵਾਲਾ ਤੋਂ ਇੱਕ ਸਰੂਪ ਚੋਰੀ ਹੋ ਕੇ ਖਮਿਆਜਾ ਕੌਮ ਭੁਗਤ ਰਹੀ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜੀ, ਜਿਹੜੇ ਤੇ ਬੇਅਦਬੀ ਦੇ ਕੇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧਿਤ ਆ ਉਹਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਆ, ਕਿਉਂਕਿ ਸਰੂਪ ਭਾਵੇਂ ਬਾਹਰ ਭੇਜਣ ਅਤੇ ਭਾਵੇਂ ਕਿਤੇ ਭੇਜਣ, ਜੇ ਉਹਨਾਂ ਦੇ ਉੱਤੇ ਜ਼ਰਾ ਜਿੰਨੀ ਵੀ ਕੋਈ ਆਂਚ ਆਈ ਆ, ਜ਼ਰਾ ਜਿੰਨੀ ਵੀ ਬੇਅਦਬੀ ਹੋਈ ਆ, ਉਹਦੀ ਸਿੱਧੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਔਰ ਇਹਨਾਂ ਨੂੰ ਅਖਲਾਕੀ ਫਰਜ਼ ਸਮਝ ਕੇ ਫਰਾਕ ਦਿਲੀ ਦੇ ਨਾਲ ਉਹ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਆ। ਇਹ 328 ਰੂਪਾਂ ਦੇ ਮਸਲੇ ਤੁਹਾਨੂੰ ਲੱਗਦਾ ਕਿ ਜੋ ਜਾਂਚ ਹੋਈ ਆ ਉਹ ਠੀਕ ਹੋ ਰਹੀ ਸਾਰੀ? ਵੇਖੋ, ਜਾਂਚ ਰਿਪੋਰਟ ਕੀ ਆ ਉਹ ਜਨਤਕ ਨਹੀਂ ਹੋਈ, ਜਦੋਂ ਜਨਤਕ ਹੋਏਗੀ ਜਾਂ RTI ਤਹਿਤ ਜਦੋਂ ਕਾਪੀ ਮਿਲੇਗੀ ਤਾਂ ਫਿਰ ਪਤਾ ਲੱਗੇਗਾ ਕਿ ਉਹਦੇ ਵਿੱਚ ਕੀ ਆ। ਮੈਂ ਪਹਿਲਾਂ ਕੁਝ ਨਹੀਂ ਕਹਿ ਸਕਦਾ, ਲੇਕਿਨ ਜਿੱਥੋਂ ਤੱਕ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ, ਜਿਹੜਾ ਹੈਗਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਚੰਡੀਗੜ੍ਹ ਜਿਹਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਨੇ ਅਤੇ ਉਹਨਾਂ ਦੇ ਅੱਗੋਂ ਨੁਮਾਇੰਦੇ ਹੈਗੇ ਨੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਉਹਨਾਂ ਦੇ ਕਹਿਣ ਦੇ ਅਨੁਸਾਰ ਹੈ ਕਿ ਜਾਂਚ ਜਿਹੜੀ ਆ ਉਹ ਠੀਕ ਆ, ਪਰ ਉਹਨੂੰ ਜਨਤਕ ਨਾ ਕਰਨਾ ਇੱਕ ਹੇਰਾਫੇਰੀ ਆ। ਕੁਛ ਨਾਮ ਜਨਤਕ ਕੀਤੇ ਆ? ਵੇਖੋ, ਜਿਹੜੇ ਨਾਮ ਜਨਤਕ ਕੀਤੇ ਆ ਨਾ ਉਹਨਾਂ ਵਿੱਚੋਂ ਅਤੇ ਉਹਨਾਂ ਦੇ ਮੁਤਾਬਕ ਕਈਆਂ ਦਾ ਸਿਰਫ 2% ਜਾਂ 5% ਦੋਸ਼ ਆ, ਅਤੇ ਮੁੱਖ ਦੋਸ਼ੀ ਆ ਜਿਹੜਾ ਉਹ ਵਾ ਜਿਹਦੇ ਕਹਿਣ ਦੇ ਉੱਤੇ ਇਹ ਸਰੂਪ ਅੱਗੇ ਪਹੁੰਚਾਏ ਗਏ, ਕਿੱਥੇ ਪਹੁੰਚਾਏ ਗਏ ਉਹ ਅੱਜ ਤੱਕ ਵੀ ਪਤਾ ਨਹੀਂ ਲੱਗਾ। ਪ੍ਰਾਈਮ ਮੋਦੀ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।